ਆਜ਼ਾਦੀ ਦੇ ਮਾਨਵਤਾ ਨੂੰ ਸਮਰਪਿਤ ਮਹਾਨ ਸਮਾਜ ਸੇਵੀ ਅਪੰਗ ਮਦਬੁੱਧੀ ਅਪਾਹਜ ਅਤੇ ਲਵਾਰਸਾਂ ਦੇ ਵਾਰਿਸ ਭਗਤ ਪੂਰਨ ਸਿੰਘ ਜੀ ਦੀ 30ਵੀਂ ਬਰਸੀ ਸੰਬੰਧੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵਿਖੇ ਬਾਬਾ ਦੀਪ ਸਿੰਘ ਜੀ ਦੀ ਸੇਵਾ ਸੁਸਾਇਟੀ ਵੱਲੋਂ 27 ਜੁਲਾਈ 2022 ਨੂੰ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਭਾਈ ਜਸਵੀਰ ਸਿੰਘ ਪੰਜਾਬ ਐਂਡ ਸਿੰਘ ਬੈਂਕ ਵਾਲਿਆਂ ਵੱਲੋਂ ਮਨੋਹਰ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਦੇ ਕੀਰਤਨ ਦਰਬਾਰ ਦਾ ਆਰੰਭ ਪਿੰਗਲਵਾੜਾ ਸੰਸਥਾ ਦੀਆਂ ਬੱਚੀਆਂ ਅਤੇ ਬੱਚਿਆਂ ਵੱਲੋਂ ਆਪਣੇ ਮਨੋਹਰ ਕੀਰਤਨ ਦੁਆਰਾ ਕੀਤਾ ਗਿਆ। ਇਸ ਤੋਂ ਇਲਾਵਾ ਸੈਂਟਰ ਖਾਲਸਾ ਯਤੀਮ ਖਾਨਾ ਦੇ ਬੱਚਿਆਂ ਰਾਹੀਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਅੱਜ ਦਾ ਭਗਤ ਪੂਰਨ ਸਿੰਘ ਜੀ ਦੇ 30ਵੀਂ ਬਰਸੇ ਦੇ ਸਮਾਗਮ ਵਿੱਚ ਅੱਜ ਅਖੀਰਲਾ ਦਿਨ ਸੀਗਾ, ਸ਼ੁਕਰਾਨੇ ਦਾ ਦਿਨ ਸੀਗਾ, ਸ਼ਰਧਾਂਜਲੀ ਦਾ ਦਿਨ ਸੀਗਾ ਅਤੇ ਬਹੁਤ ਹੀ ਅਕਾਲ ਪੁਰਖ ਦੀ ਕਿਰਪਾ ਹੋਈ ਹੈ, ਮੀਂਹ ਵੀ ਵੱਸ ਗਿਆ ਅਤੇ ਮੌਸਮ ਵੀ ਠੰਡਾ ਹੋ ਗਿਆ ਅਤੇ ਬਹੁਤ ਸਾਰੇ ਵਧੀਆ ਵਿਚਾਰ ਸਾਰਿਆਂ ਨੇ ਦਿੱਤੇ ਆ ਔਰ ਜ਼ਰੂਰਤ ਹੈ ਉਹਨਾਂ ਵਿਚਾਰਾਂ 'ਤੇ ਚੱਲਣ ਦੀ ਤਾਂ ਕਿ ਅਸੀਂ ਦੁਨੀਆਂ ਨੂੰ ਵਧੀਆ ਬਣਾ ਸਕੀਏ। ਥੰਮੇ ਕੋਈ ਨਾ ਸਾਧ ਬਿਨ, ਭਗਤ ਜੀ ਕਹਿੰਦੇ ਸੀ ਥੰਮੇ ਕੋਈ ਨਾ ਸਾਧ ਬਿਨ, ਸਾਧਨਾ ਦਿਸੇ ਜੱਗ ਵਿੱਚ ਕੋਆ। ਸਾਧ ਹੁੰਦਾ ਜਿਹਨੇ ਆਪਣੀਆਂ ਇੱਛਾਵਾਂ ਜਿਹੜੀਆਂ ਉਹ ਖਤਮ ਕਰਕੇ ਦੂਜਿਆਂ ਲਈ ਜਿਉਂਦਾ, ਉਹਨੂੰ ਸਾਧ ਕਹਿੰਦੇ ਆ। ਜਿਹਨੇ ਆਪਣੀਆਂ ਇੱਛਾਵਾਂ 'ਤੇ ਕੰਟਰੋਲ ਕੀਤਾ, ਜਿਹਨੇ ਕਾਮ ਕ੍ਰੋਧ ਮੋਹ ਹੰਕਾਰ 'ਤੇ ਕੰਟਰੋਲ ਕੀਤਾ, ਉਹ ਸਾਧ ਹੁੰਦਾ। ਇਹ ਨਹੀਂ ਕਿ ਭਗਵੇਂ ਕੱਪੜੇ ਪਾ ਲਓ, ਚਿੱਟੇ ਕੱਪੜੇ ਪਾ ਲਓ, ਉਹਦੇ ਨਾਲ ਸਾਧ ਨਹੀਂ ਬਣਦਾ। ਸਾਧ ਬਣਦਾ ਪੰਜਾਂ 'ਤੇ ਕੰਟਰੋਲ ਕਰਨ ਦਾ, ਪੰਜ ਬਖਾਦੀ ਇੱਕ ਗਰੀਬਾ ਰਾਖੋ ਰੱਖਣਾ ਹਰ, ਹੈ ਨਾ। ਅੱਜ ਪੜ੍ਹਿਆ ਸੀ ਬੱਚਿਆਂ ਨੇ ਸ਼ਬਦ ਰੱਖ ਦਿੱਤਾ ਪਰਮੇ, ਕਿਤਾਬਾਂ ਰਿਲੀਜ਼ ਕੀਤੀਆਂ, ਬਹੁਤ ਮਿਹਨਤ ਕੀਤੀ ਹੈ। ਸਾਰੇ ਵੈਸੇ ਅਖਬਾਰਾਂ 'ਚੋਂ ਹੀ ਲਿੱਤੇ ਨੇ ਆਰਟੀਕਲ, ਬਹੁਤ ਹੀ ਪਰ ਇਹ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਇਹਨਾਂ ਬਾਰੇ ਦੱਸਿਆ ਜਾਵੇ। ਮੈਂ ਤਾਂ ਐਗਜੀਬਿਸ਼ਨ ਵੀ ਕੀਤੀ ਸੀ ਇੱਕ ਵਾਰੀ, ਜਿਹਦੇ 'ਚ ਸਾਡਾ ਵਿਰਸਾ ਸੱਭਿਆਚਾਰ ਅਤੇ ਭਵਿੱਖ, ਉਹਦੇ 'ਚ ਵੀ ਇਹਨਾਂ ਸਾਰਿਆਂ ਦੀਆਂ ਫੋਟੋਆਂ ਲਗਾਈਆਂ ਸੀਗੀਆਂ ਮੈਂ, ਤਾਂ ਮੇਰਾ ਦਿਲ ਕਰਦਾ ਵੀ ਪੜ੍ਹਾਂ, ਪਰ ਉਹਨਾਂ ਨਹੀਂ ਗੱਲ ਪ੍ਰਚਾਰ ਹੋ ਰਹੀ ਜਿੰਨਾ ਮੇਰਾ ਦਿਲ ਕਰਦਾ, ਉਹਨਾਂ ਪ੍ਰਚਾਰ ਨਹੀਂ ਹੋ ਰਿਹਾ। ਲੋਕ ਹੋਰ ਚੀਜ਼ਾਂ ਫਾਲਤੂ ਦੀਆਂ ਪੜ੍ਹਦੇ ਆ, ਇਹਨਾਂ ਦਾ ਜੀਵਨ ਪੜ੍ਹਦਾ ਹੀ ਨਹੀਂ ਹੈਗਾ। ਸੰਗਤ ਨੂੰ ਕਹਿੰਦੇ ਵੀ ਇਹ ਇੰਨਾ ਜੀਵਨ ਪੜ੍ਹੋ ਅਤੇ ਇੰਨਾ ਵਰਗੇ ਪੜ੍ਹਨ ਦੀ ਕੋਸ਼ਿਸ਼ ਕਰੋ। ਦੇਖੋ, ਅੱਜ ਅਸੀਂ ਪਿੰਗਲਵਾੜਾ ਮੁੱਖ ਦਫ਼ਤਰ ਦੇ ਵਿੱਚ ਭਗਤ ਪੂਰਨ ਸਿੰਘ ਜੀ ਦੀ ਬਰਖੀ ਮਨਾ ਰਹੇ ਹਾਂ। ਉਹ ਪਿੰਗਲਵਾੜਾ ਦੇ ਸੰਸਥਾਪਕ ਸੀਗੇ। ਅਸੀਂ ਸਾਰੇ ਜਾਣਦੇ ਹਾਂ ਕਿ ਭਗਤ ਜੀ ਮਨੁੱਖਤਾ ਦੀ ਸੇਵਾ ਦੇ ਵਿੱਚ ਦਿਨ ਰਾਤ ਇੱਕ ਕਰਕੇ ਲੱਗੇ ਰਹਿੰਦੇ ਸੀ ਔਰ ਸਹੀ ਮਾਇਨੇ ਦੇ ਵਿੱਚ ਉਹਨਾਂ ਨੇ ਮਨੁੱਖਤਾ ਦਾ ਪਾਠ ਪੜ੍ਹਾਇਆ। ਉਹਨਾਂ ਦੀ ਅਸੀਂ 30ਵੀਂ ਬਰਖੀ ਮਨਾ ਰਹੇ ਹਾਂ ਔਰ ਕਾਫੀ ਸੰਖਿਆ ਦੇ ਵਿੱਚ ਸੰਗਤਾਂ ਆਈਆਂ ਨੇ ਔਰ ਡਾਕਟਰ ਇੰਦਰਜੀਤ ਕੌਰ ਜੀ ਜੋ ਕਿ ਉਹਨਾਂ ਤੋਂ ਬਾਅਦ ਮੁੱਖ ਸੇਵਾਦਾਰ ਦੇ ਰੂਪ ਦੇ ਵਿੱਚ ਪਿੰਗਲਵਾੜੇ ਦੀ ਸੇਵਾ ਕਰ ਰਹੇ ਨੇ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਪਿੰਗਲਵਾੜਾ ਦੇਖੋ ਕਾਫੀ ਅੱਗੇ ਤੱਕ ਪਹੁੰਚ ਗਿਆ, ਇੱਕ ਨਵਾਂ ਬ੍ਰਾਂਚ ਮੰਨਾਵਾਲਾ ਦੇ ਵਿੱਚ ਵੀ ਬਣ ਗਿਆ ਹੈ। ਅੱਜ ਇਸ ਮੌਕੇ 'ਤੇ ਇੱਕ ਕਿਤਾਬ ਵੀ ਰਿਲੀਜ਼ ਹੋਈ ਹੈ, ਇਨਕਲਾਬੀ ਯੋਧੇ। ਇਨਕਲਾਬੀ ਯੋਧੇ ਇਹਦੇ ਵਿੱਚ ਦੇਖੋ ਜਿੰਨੇ ਵੀ ਸਾਡੇ ਆਜ਼ਾਦੀ ਦੇ ਸੁਰਮੇ ਨੇ ਉਹਨਾਂ ਦੇ ਬਾਰੇ ਥੋੜ੍ਹਾ ਥੋੜ੍ਹਾ ਜ਼ਿਕਰ ਕੀਤਾ ਗਿਆ ਹੈ ਔਰ ਇਹਦਾ ਸੰਪਾਦਨ ਵੀ ਡਾਕਟਰ ਇੰਦਰਜੀਤ ਕੌਰ ਜੀ ਨੇ ਕੀਤਾ ਹੈ। ਬਹੁਤ ਸਾਰੇ ਬੁਲਾਰਿਆਂ ਨੇ ਆਪਣੀ ਆਪਣੀ ਗੱਲ ਰੱਖੀ ਹੈ। ਮਕਸਦ ਇਹੀ ਹੈ ਕਿ ਜੋ ਭਗਤ ਪੂਰਨ ਸਿੰਘ ਜੀ ਦੀ ਸਿੱਖਿਆ ਹੈ ਉਹ ਸਿੱਖਿਆ ਨੂੰ ਆਪਣੇ ਬੱਚਿਆਂ ਤੱਕ ਲੈ ਕੇ ਜਾਈਏ, ਆਉਣ ਵਾਲੀ ਜਨਰੇਸ਼ਨ ਤੱਕ ਲੈ ਕੇ ਜਾਈਏ, ਤਾਂ ਹੀ ਸਹੀ ਮਾਇਨੇ ਦੇ ਵਿੱਚ ਅਸੀਂ ਭਗਤ ਪੂਰਨ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਸਕਾਂਗੇ। ਦੇਖੋ, ਜਿਹੜੇ ਭਗਤ ਪੂਰਨ ਸਿੰਘ ਸਨ ਉਹ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਸਨ ਔਰ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਵੱਡਿਆਂ ਦੀਆਂ ਜਿਹੜੀਆਂ ਗਾਥਾ ਨੇ, ਵੱਡਿਆਂ ਦਾ ਜਿਹੜਾ ਇਤਿਹਾਸ ਆ, ਵੱਡਿਆਂ ਦੀ ਜਿਹੜੀ ਸਿੱਖਿਆ, ਉਹ ਹਮੇਸ਼ਾ ਹੀ ਆਉਣ ਵਾਲੀ ਪੀੜ੍ਹੀ ਵਾਸਤੇ ਜਿਹੜੀ ਆ ਉਹ ਪ੍ਰੇਰਨਾ ਸਰੋਤ ਬਣਦੀ ਹੈ। ਸੋ ਭਗਤ ਪੂਰਨ ਸਿੰਘ ਜੀ ਦਾ ਸਾਰਾ ਜੀਵਨ ਮਨੁੱਖਤਾ ਨੂੰ ਸਮਰਪਿਤ ਹੈ। ਮਨੁੱਖਤਾ ਤੋਂ ਵੱਡਾ ਕੋਈ ਸੇਵਾ ਨਹੀਂ ਦੁਨੀਆ ਵਿੱਚ ਔਰ ਫਿਰ ਉਹਨਾਂ ਦੀ ਸੇਵਾ ਜਿਹੜੇ ਅਪੰਗ ਨੇ, ਫਿਰ ਉਹਨਾਂ ਦੀ ਸੇਵਾ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ, ਫਿਰ ਉਹਨਾਂ ਦੀ ਸੇਵਾ ਜਿਹੜੇ ਲਵਾਰਸ ਨੇ, ਫਿਰ ਉਹਨਾਂ ਦੀ ਸੇਵਾ ਜਿਨ੍ਹਾਂ ਦੇ ਅੰਗ ਪ੍ਰਤੰਗ ਘੱਟ ਨੇ, ਇਹ ਮੈਂ ਸਮਝਦਾ ਕਿ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਇਹ ਭਗਤ ਪੂਰਨ ਸਿੰਘ ਜੀ ਨੇ ਸ਼ੁਰੂ ਕੀਤੀ ਔਰ ਆਪ ਵੀ ਬੜਾ ਸਿੰਪਲ ਜੀਵਨ, ਸਾਦਾ ਜੀਵਨ ਔਰ ਬਹੁਤ ਐਵੇਂ ਮਾੜੇ ਜਿਹੇ ਕੱਪੜੇ ਪਾ ਕੇ ਰੱਖਣੇ, ਹਾਥੀ ਬਾਟਾ ਫੜ ਕੇ ਰੱਖਣਾ, ਜਿੱਥੇ ਵੇਖਣਾ ਕੇਲੇ ਦੀ ਛਿੱਲ ਡਿੱਗੀ ਉਹਨੂੰ ਫੜਨਾ, ਜਿੱਥੇ ਵੇਖਣਾ ਗੰਦ ਆ ਉਹਨੂੰ ਗੰਦ ਨੂੰ ਸਾਫ ਕਰਾਉਣਾ, ਬਿਜਲੀ ਨੂੰ ਸੇਫ ਕਰਾਉਣਾ। ਸੋ ਉਹ ਵਾਤਾਵਰਨ ਦੇ ਵੀ ਬੜਾ ਤਕੜਾ ਪ੍ਰੇਮੀ ਸਨ। ਦਰਖਤ ਲਾਉਣੇ ਉਹਨਾਂ ਨੇ,
और उन्होंने कहना पानी मुक जाना है, तो कई रसना भी पानी कितना मुक जूगा, क्योंकि अं 84 तो पहले उन्होंने मिलते रहे दरबार साहब, तो वह उन्होंने गल जी वचन मैं समझना पूरा हो रहा है। जे ना पानी संभालिया, जे ना दरख्तों लाया, तो मैं समझदा कि साड़ी आने वाली जनरेशन जी है अं कुछ नहीं उन्होंने छड़ के जावे। तो उन्होंने स्नेहा अज घर घर कला पंजाब च नहीं सारी दुनिया च फैलाने की जरूरत है कि उन्होंने वालों सेवा तो सिमरन का जोड़ा संकल्प दिता गया, जोड़ा गुरु नानक देव पातशाह जी ने दिता है ना, काल खाए कि हथों दे नानक राह पछाने से, उस संकल्प को उन्होंने घर घर पहुँचाने वास्ते सारी अपनी जिंदगी अर्पण कर दी। अज उन्हों का 30 साल जोड़ा बरसी का समागम है, यही उन्होंने श्रद्धा से सत्कार भेट करने वास्ते विशेष तौर पर पहुँचे हैं। मैं दमदमी टकसाल वालों, श्रोमणी गुरद्वारा प्रबंधक कमेटी, श्रोमणी अकाली दल वालों विशेष तौर पर शामिल इतने हुए हैं, और मैं अपने आप को वडभागा समझदा है। मैं समझदा अज का मेरा दिन जोड़ा है ये लेखे विच लग गया, जोड़ा अज संगत के दर्शन किए, सेवा सेवादान किए, तो मैं बहुत अपने आप को वडभागा समझ। अमृतसर तो हरिंदर सिंह की रिपोर्ट। वधेरे खबरों की जानकारी लिए देखते रहो अजीत वैब टीवी।